खन्ना पुलिस नूं मिली बड़ी सफलता। वोटरां चोरी करन वाले दो दोषियों नूं कीता काबू। एक मोटरसाइकिल अते पानी वालियां 11 मोटरां कीतियां बरामद। कटन नाल दंदे सी वारदात नूं अंजाम, पिंडां च वी करदे सी इहो कम। फड़े गए दो बंदे, हुण खोलणगे राज। खन्ना पुलिस वालों सारे तीनों सब डिविजन दे विच पब्लिक मीटिंग्स कीती गई सर। एक असी एक इनिशिएटिव लिया सी विलेज टूर प्रोग्राम दा, तो उहदे विच सारे ही सीनियर ऑफिसर्स डिस्ट्रिक्ट दे अलग अलग सब डिविजन दे विच जाकर अलग अलग थाने दे एरिया दे विच जाकर उत्थे पब्लिक मीटिंग करते हैं और लोगों की समस्या जिहड़ी है उहनूं फर्स्ट हैंड सुनते हैं। इसी तरह असी जिहड़ी एक पब्लिक मीटिंग कीती सी पिंड झाड़ साहिब दे विच 9 तारीख नूं, ਉੱਥੇ ਇੱਕ ਮੁੱਦਾ ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਨੇ ਚੁੱਕਿਆ ਸੀ। ਉਹਨਾਂ ਨੇ ਕਿਹਾ ਦੱਸਿਆ ਸੀ ਕਿ ਉੱਥੇ ਨਹਿਰ ਦੇ ਕੋਲ ਜਿਹੜੀ ਕੰਡੀਲੀ ਤਾਰਾਂ ਲੱਗੀ ਹੁੰਦੀ ਹੈ ਸੇਫਟੀ ਵਾਸਤੇ, ਉਹਦੀ ਚੋਰੀ ਹੋ ਰਹੀ ਹੈ ਅਤੇ ਲੋਕਾਂ ਦੀ ਮੋਟਰਸ ਦੀ ਵੀ ਚੋਰੀ ਹੋ ਰਹੀ ਹੈ। ਇਹ ਉੱਥੇ ਹੀ ਸਾਨੂੰ ਡਿਊਰਿੰਗ ਦਾ ਮੀਟਿੰਗ ਜੋ ਹੈ ਉਹ ਚੀਜ਼ ਪਤਾ ਚੱਲੀ ਸੀ। ਉੱਥੋਂ ਫਿਰ ਅਸੀਂ ਕੰਸਰਨ DSP ਸਮਰਾਲਾ ਜਿਹੜੇ ਹੈ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਇਹਨੂੰ ਤੁਰੰਤ ਟਰੇਸ ਕੀਤਾ ਜਾਏ। ਪੁਲਿਸ ਨੇ ਕਾਫੀ ਮਿਹਨਤ ਕਰਕੇ ਟੀਮਾਂ ਬਣਾ ਕਰ ਹੁਣ ਫਿਰ ਉਹਨੂੰ ਟਰੇਸ ਵੀ ਕੀਤਾ ਪਲੱਸ ਚੋਰਾਂ ਨੂੰ ਵੀ ਫੜਿਆ। ਉਸੀ ਕੜੀ ਦੇ ਵਿੱਚ ਅਸੀਂ 12 ਤਾਰੀਖ ਨੂੰ ਜਿਹੜੇ ਹੈ ਬੰਦੇ ਫੜੇ ਸੀ, ਜਸਵਿੰਦਰ ਸਿੰਘ ਅਤੇ ਸੋਨੂ ਸਿੰਘ, ਇਹ ਦੋਨੋਂ ਭਰਾ ਹੈਗੇ। ਇਹ ਮਿਲ ਕਰ ਜਿਹੜੇ ਹੈ ਨਹਿਰ ਦੇ ਕੋਲ ਜਿਹੜੀ ਤਾਰਾਂ ਲੱਗੀ ਹੁੰਦੀ ਹੈ ਉਹਨੂੰ ਕਟਰ ਰਾਹੀਂ ਕੱਟ ਕੇ ਚੋਰੀ ਕਰਦੇ ਹਨ, ਅਤੇ ਜਿਹੜੇ ਖੂਹ ਆਉਂਦੇ ਆ ਪਿੰਡਾਂ ਦੇ ਵਿੱਚ ਉੱਥੋਂ ਮੋਟਰ ਚੋਰੀ ਕਰਦੇ ਹਨ। ਤਾਂ ਹਰੇਕ ਮੋਟਰ ਕਰੀਬ 20-25 ਹਜ਼ਾਰ ਦੀ ਹੁੰਦੀ ਹੈ, ਉਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਸੀ। ਤਾਂ ਉਹਨੂੰ ਅਸੀਂ ਟਰੇਸ ਕੀਤਾ, ਉਸ ਤੋਂ ਬਾਅਦ ਉਹ ਮੋਟਰਸ ਜਿਹੜੀ ਉਹ ਰਿਕਵਰ ਵੀ ਕਰਵਾਈ ਉਹਨਾਂ ਕੋਲ। ਤਾਂ ਕਰੀਬ 11 ਦੇ ਕਰੀਬ ਸਾਨੂੰ ਮੋਟਰਸ ਰਿਕਵਰ ਹੋਈਆਂ ਔਰ ਕਾਫੀ ਜ਼ਿਆਦਾ ਤਾਰ ਔਰ ਕਟਰ ਔਰ ਹਥੌੜੇ ਇਸ ਤਰ੍ਹਾਂ ਦੀ ਚੀਜ਼ਾਂ ਰਿਕਵਰ ਹੋਈਆਂ। ਤਾਂ ਇਸ ਕਰਕੇ ਸਾਨੂੰ ਇਹ ਮੀਟਿੰਗਸ ਦਾ ਵੀ ਕਾਫੀ ਬੈਨੀਫਿਟ ਹੋਇਆ ਸੀ ਔਰ ਪਲੱਸ ਲੋਕਾਂ ਦੀ ਸਮੱਸਿਆ ਜਿਹਨੂੰ ਫਸਟ ਹੈਂਡ ਅਸੀਂ ਨਿਪਟਾ ਵੀ ਦਿੱਤਾ ਸੀ, ਨਾਲੇ ਰਿਕਵਰੀਜ਼ ਵੀ ਕੀਤੀ ਸੀ। ਸਰ ਕਿੰਨੇ ਗੈਂਗ ਦੇ ਮੈਂਬਰ ਸੀਗੇ ਟੋਟਲ? ਇਹ 2 ਮੈਂਬਰ ਹਲੇ ਫੜੇ ਗਏ ਹਨ, ਅਸੀਂ ਹੁਣ ਬਾਕੀ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ। ਰਿਮਾਂਡ ਲੈ ਕੇ ਇਹਦੇ ਵਿੱਚ ਹੋਰ ਕਿਹੜੇ ਮੈਂਬਰਸ ਇਨਵੋਲਵ ਸੀ ਔਰ ਹੋਰ ਕਿੱਥੇ ਕਿੱਥੇ ਵਾਰਦਾਤ ਕਰ ਚੁੱਕੇ ਹਨ, ਕਿਉਂਕਿ ਇਹ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਈ ਵਾਰੀ ਜਨਰਲ ਪਬਲਿਕ ਮਤਲਬ ਪਬਲਿਕ ਪ੍ਰੋਪਰਟੀ ਹੁੰਦੀ ਹੈ ਪਤਾ ਨਹੀਂ ਚੱਲਦਾ। ਇਹ ਉਸ ਮੀਟਿੰਗ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਚੋਰੀਆਂ ਹੋ ਰਹੀ ਹੈ। ਜਦੋਂ ਅਸੀਂ ਇਹਨੂੰ ਟਰੇਸ ਕੀਤਾ ਤਾਂ ਸਾਨੂੰ ਇੱਕ ਲਿੰਕਡ ਫਰਦਰ ਦੂਜੀ ਚੋਰੀ ਵੀ ਪਤਾ ਚੱਲੀ ਜੋ ਕਿ ਮੋਟਰਾਂ ਦੀ ਚੋਰੀ ਕਰਦੇ ਸੀ। ਤਾਂ ਇਸ ਤਰ੍ਹਾਂ ਇਹਨਾਂ ਨੇ ਹੋਰ ਕਿਤੇ ਵੀ ਕੋਈ ਕੈਨਾਲ ਜਾਂ ਕਿਸੇ ਨਹਿਰ ਦੇ ਕੋਲ ਅਗਰ ਕੋਈ ਤਾਰਾਂ ਦੀ ਜਾਂ ਐਂਗਲਸ ਦੀ ਚੋਰੀ ਕੀਤੀ ਹੈ ਤਾਂ ਉਹ ਵੀ ਇਸ ਦੇ ਵਿੱਚ ਰਿਕਵਰ ਹੋ ਜਾਏਗਾ। ਸਰ ਕਿੱਥੇ ਕਿੱਥੇ ਐਕਟਿਵ ਸੀਗੇ ਹੁਣ ਤੱਕ, ਕਿੰਨੇ ਕੁ ਫਾਰਮਰਸ ਨੇ ਇਹਨਾਂ ਨੇ ਨਿਸ਼ਾਨਾ ਬਣਾਇਆ ਆਪਣਾ? ਹਾਂਜੀ, ਇਹਨਾਂ ਨੇ ਕਰੀਬ 11 ਅਲੱਗ ਅਲੱਗ ਵਿਅਕਤੀਆਂ ਦੀ ਮੋਟਰਸ ਦੀ ਚੋਰੀ ਕੀਤੀ ਹੈ ਜੋ ਹਾਲੇ ਤੱਕ ਇਹ ਮੰਨੇ ਹੈ। ਇਸ ਤੋਂ ਇਲਾਵਾ ਇਹ ਜਿਹੜੀ ਸਰਹੰਦ ਨਹਿਰ ਹੈ ਉਹਦੇ ਕੋਲ ਮਾਛੀਵਾੜਾ ਸਾਹਿਬ ਦਾ ਏਰੀਆ, ਝਾੜ ਸਾਹਿਬ ਦਾ ਏਰੀਆ ਜਿਹੜਾ ਹੈ ਉੱਥੇ ਚੋਰੀ ਕਰਦੇ ਸੀ। ਉਸ ਤੋਂ ਇਲਾਵਾ ਹੋਰ ਵੀ ਕਿਤੇ ਕਰ ਸਕਦੇ ਹਾਂ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਹੋਰ ਇਨਵੋਲਵਮੈਂਟ ਕਿਹਨਾਂ ਦੀ ਹੈ, ਕਿਹਨਾਂ ਨੂੰ ਸਮਾਨ ਵੇਚਦੇ ਸੀ ਜਾਂ ਕਿੱਥੋਂ?